ਮਾਫ ਕਰਨਾ ਸਾਡੇ ਲਈ ਬਹੁਤ ਮੁਸ਼ਕਿਲ ਹੈ। ਨਾਨਕ ਦੀ ਅਸਲ ਤਸਵੀਰ ਦਾ ਧਿਆਨ ਕਰਨਾ। ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ, ਤਿੜਕੀਆਂ ਅੱਡੀਆਂ, ਨੇਰੀ ਨਾਲ ਉਲਝੀ ਖੁਸ਼ਕ ਦਾੜੀ, ਲੂਹਾਂ ਬਰਫਾਂ ਦੀ ਚੰਬੀ ਪਕਰੋੜ ਚਮੜੀ, ਗੱਲਾਂ ਦਾ ਚਿਪਕਿਆ ਮਾਸ ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂੰਘ 'ਚ ਦਗਦੀਆਂ ਮਗਦੀਆਂ ਤੇਜ਼ ਅੱਖਾਂ, ਅੱਖਾਂ ਜੋ ਪਰਿਵਾਰ ਨੂੰ, ਸਰਕਾਰ ਨੂੰ ਤੇ ਹਰ ਸੰਸਕਾਰ ਨੂੰ ਟਿੱਚ ਜਾਣਦੀਆਂ। ਬਹੁਤ ਖਤਰਨਾਕ ਸਿੱਧ ਹੋ ਸਕਦਾ ਹੈ ਸਾਡੇ ਲਈ ਅਸਲੀ ਨਾਨਕ। ਅਜਿਹੇ ਨਾਨਕ ਦਾ ਅਸੀਂ ਧਿਆਨ ਨਹੀਂ ਧਰ ਸਕਦੇ ਜੋ ਘਰਾਂ ਨੂੰ ਉਜਾੜ ਸਕਦਾ, ਨਿਆਣੇ ਵਿਗਾੜ ਸਕਦਾ, ਕਿਸੇ ਕਾਬੇ ਵੱਲ ਪੈਰ ਕਰਕੇ ਪਰਕਰਮਾ ਵਿੱਚ ਲੇਟਣ ਲਈ ਉਕਸਾ ਸਕਦਾ, ਲਹਿਜਾ ਲੱਤਾਂ ਤੁੜਵਾ ਸਕਦਾ ਜਾਂ ਲੱਤਾਂ ਵੜਵਾ ਸਕਦਾ ਤੇ ਹੋਰ ਵੀ ਬੜਾ ਕੁਝ ਗਲਤ ਕਰਵਾ ਸਕਦਾ। ਮਸਲਨ ਅਸੀਂ ਮਜ਼ਹਬੀ ਚਿੰਨ੍ਹਾਂ ਦੇ ਥੋਥੇਪਨ ਨੂੰ ਨਾਪ ਸਕਦੇ ਹਾਂ, ਬਹਿਣਾ ਨੂੰ ਮੋੜਨ ਦਾ, ਮਰਿਆਦਾ ਨੂੰ ਤੋੜਨ ਦਾ ਐਲਾਨਨਾਮਾ ਛਾਪ ਸਕਦੇ ਹਾਂ। ਅਜਿਹੇ ਖਤਰਨਾਕ ਨਾਨਕ ਤੋਂ ਬਹੁਤ ਚਾਲੂ ਹਾਂ ਅਸੀਂ। ਸਾਨੂੰ ਤਾਂ ਚਾਹੀਦਾ ਹੈ ਖੈਰ, ਸੁੱਖ, ਸ਼ਾਂਤੀ। ਸਾਨੂੰ ਤਾਂ ਚਾਹੀਦੀਆਂ ਨੇ ਮਿੱਠੀਆਂ ਦਾਤਾਂ, ਵੱਧਦੀਆਂ ਵੇਲਾਂ ਤੇ ਵੇਲਾਂ ਨੂੰ ਲੱਗਦੇ ਰੁਪਈਏ। ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ ਨਾਨਕ ਹੀ ਸੂਟ ਕਰਦਾ ਹੈ। ਸ਼ਾਂਤ ਲੀਨ ਲਕਸ਼ਮੀ ਦੇਵੀ ਵਾਂਗ ਉਠਾਇਆ ਹੱਥ, ਹੱਥਾਂ 'ਚੋਂ ਫੁੱਟਦੀ ਮਿਹਰ ਤੇ ਅੱਖਾਂ 'ਚੋਂ ਡੁੱਲ ਡੁੱਲ ਪੈਂਦੀ ਕੋਮਲਤਾ। ਸਨ ਸਿਲਕੀ ਸਫਾਫ ਦਾੜੀ, ਗੋਲ ਮਟੋਲ ਗੋਰੀਆਂ ਗੁਲਾਬੀ ਗੱਲਾਂ, ਫੇਅਰ ਐਂਡ ਲਵਲੀ ਸੁਰਖ ਟਿਪਸੀ ਹੋਂਠ, ਮੁਲਾਇਮ ਜੈਮਨੀ ਪੈਰ, ਕੂਲੇ ਬਾਰਵੀ ਹੱਥ, ਪੈਗੰਬਰੀ ਬਸਤਰਾਂ ਦੇ ਇਰਾਲੀ ਨਿਖਾਰ। ਸਾਡੇ ਇਹਨਾਂ ਘਰਾਂ ਦੀਆਂ ਕੰਧਾਂ 'ਤੇ ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ। ਰਾਹਾਂ ਨੂੰ ਰੱਦ ਕਰਨ ਵਾਲੇ ਖਤਰਨਾਕ ਨਾਨਕ ਦੀ ਅਸਲ ਤਸਵੀਰ ਦਾ ਪਾਰ ਸਾਡੀ ਕੋਈ ਕੰਧ ਨਹੀਂ ਚੱਲ ਸਕਦੀ। ਮਾਫ਼ ਕਰਨਾ ਅਸੀਂ ਮਰ ਮਰ ਕੇ ਬਣਾਏ, ਘਰ ਨਹੀਂ ਢਹਾਉਣੇ। ਮਸਾਂ ਮਸਾਂ ਰੱਬ ਤੋਂ ਲਏ ਨਿਆਣੇ, ਹੱਥੋਂ ਨਹੀਂ ਗਵਾਉਣੇ। ਅਸੀਂ ਅਸਲ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ। ਮਾਫ਼ ਕਰਨਾ।